ਅੱਜ ਸਵੇਰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਾਡੇ ਇੱਥੇ ਕਮਾਨੀ ਵਾਲੇ ਖੂਹ 'ਤੇ ਢਾਣੀ ਨਿਹਾਲ ਸਿੰਘ ਸਰਪੰਚ ਦੀ ਹੈ, ਉੱਥੇ ਜਿਹੜੇ ਕੁਝ ਲੋਕ ਨਸ਼ਾ ਵੇਚਦੇ ਨੇ ਅਤੇ ਕੁਝ ਉੱਥੇ ਆਣ ਕੇ ਪੀਂਦੇ ਵੀ ਨੇ। ਜਿਹੜੇ ਗੁਪਤ ਸੂਚਨਾ ਦੇ ਆਧਾਰ 'ਤੇ ਅਸੀਂ ਮੁਕੱਦਮਾ ਦਰਜ ਕਰਕੇ ਅਤੇ ਮੌਕੇ 'ਤੇ ਅਸੀਂ ਜਾ ਕੇ ਰੇਡ ਕੀਤਾ। ਰੇਡ ਕਰਨ ਦਾ ਸਾਨੂੰ 6 ਵਿਅਕਤੀ 2 ਕਾਰਾਂ ਦੇ ਵਿੱਚ ਬੈਠੇ, 3 ਇੱਕ ਕਾਰ 'ਚ ਬੈਠੇ ਸਵਿਫਟ ਕਾਰ 'ਚ ਸੀ, 3 I-20 ਕਾਰ 'ਚ ਸੀਗੇ ਜਿਹੜੇ ਨਸ਼ੇ ਦਾ ਸੇਵਨ ਕਰ ਰਹੇ ਸੀ, ਜਿਨ੍ਹਾਂ ਨੂੰ ਅਸੀਂ ਕਾਬੂ ਕਰਕੇ ਉਹਨਾਂ ਦੇ ਖਿਲਾਫ਼ ਅਸੀਂ ਮੁਕੱਦਮਾ ਨੰਬਰ 86 ਮਿਤੀ ਅੱਜ ਦੀ 27/85 ਅਤੇ 25/85 NDPS ਐਕਟ ਦੇ ਤਹਿਤ ਥਾਣਾ ਵੈਰੋ ਕੁਝ ਮੁਕੱਦਮਾ ਦਰਜ ਕੀਤਾ। ਉਹਨਾਂ 'ਚ ਇੱਕ ASI ਵੀ ਦੱਸ ਰਿਹਾ ਜੀ। ਹਾਂਜੀ, ਇੱਕ ASI ਵੀ ਸੀਗਾ ਸਾਡਾ, ਪੰਜਾਬ ਪੁਲਿਸ ਦਾ ASI ਸੀਗਾ ਡਿਸਟ੍ਰਿਕਟ।